ਤੁਰਕੀ ਚ ਕੁਸ਼ਤੀ ਖੇਡਣ ਗਏ ਪੰਜਾਬ ਦੇ ਨੌਜਵਾਨ ਖਿਡਾਰੀ ਨੂੰ ਸਿਰਫ ਇਸ ਲਈ ਕੁਸ਼ਤੀ ਤੋਂ ਬਾਹਰ ਕੱਢ ਦਿੱਤਾ ਗਿਆ ਹੈ ਕਿ ਉਹ ਪਗੜੀ ਧਾਰੀ ਸੀ ਤੇ ਉਹ ਪਗੜੀ ਬਨ ਕੇ ਕੁਸ਼ਤੀ ਖੇਡਣਾ ਚਾਹੁੰਦਾ ਸੀ। ਆਪ ਨੇਤਾ ਸੁਖਪਾਲ ਖਹਿਰਾ ਵੱਲੋਂ ਇਸ ਦੀ ਸਖਤ ਸ਼ਬਦਾਂ ਚ ਨਿੰਦਾ ਕੀਤੀ ਗਈ ਹੈ। ਉਹਨਾਂ ਨੌਜਵਾਨ ਖਿਡਾਰੀ ਜਸਕਰਨ ਦੇ ਨਾਲ ਖੜਨ ਲਈ ਸਾਰੀਆਂ ਪਾਰਟੀਆਂ ਨੂੰ ਪਾਰਟੀ ਬਾਜੀ ਤੋਂ ਉੱਤੇ ਉੱਠ ਕੇ ਸਾਹਮਣੇ ਆਉਣ ਲਈ ਕਿਹਾ। ਖਹਿਰਾ ਤਰਨ ਤਾਰਨ ਚ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ ਸਨ। ਜਸ ਕਮਰ ਸਿੰਘ ਹੋਣਾਂ ਦੇ ਨਾਲ ਇੱਥੇ ਘਰੇ ਆਏ ਆ ਔਰ ਇਹਨਾਂ ਨੇ ਬੜਾ ਇੱਕ ਵੈਲਿਡ ਪੁਆਇੰਟ ਰੇਜ਼ ਕੀਤਾ ਵਾ ਕਿ ਜਿੰਨੇ ਵੀ ਸਿੱਖ ਪਲੇਅਰਸ ਨੇ ਉਹਨਾਂ ਨੂੰ ਇੱਕ ਪ੍ਰੋਪਰ ਗੇਅਰ ਦਿੱਤੀ ਜਾਂਦੀ ਹੈ ਜਿਹਦੇ ਨਾਲ ਆਪਣੇ ਕੇਸਾਂ ਨੂੰ ਅੱਛੇ ਤਰੀਕੇ ਨਾਲ ਸੇਵਾ ਸੰਭਾਲ ਕਰਕੇ ਉੱਤੋਂ ਬੰਨ ਲੈਂਦੇ ਨੇ ਔਰ ਉਹਦੇ ਨਾਲ ਇਹ ਵਰਲਡ ਓਵਰ ਵਿੱਚ ਰੈਸਲਿੰਗ ਕਰ ਸਕਦੇ ਨੇ, ਕਰਦੇ ਰਹੇ ਨੇ। ਪਹਿਲਾਂ ਸਾਡੇ ਪਰਮਪਾਲ ਸਿੰਘ ਹੁਣੀ ਫਰਾਂਸ ਵਿੱਚ ਮੈਡਲ ਜਿੱਤ ਕੇ ਆਏ ਨੇ, ਉਹਨਾਂ ਨੇ ਇਸੇ ਹੀ ਡਰੈਸ ਕੋਡ ਦੇ ਨਾਲ ਉਹਨਾਂ ਨੇ ਉਹ ਮੈਡਲ ਜਿੱਤਿਆ। ਔਰ ਜਸ ਕਮਰ ਨੂੰ ਟਰਕੀ ਦੇ ਵਿੱਚ ਰੋਕਿਆ ਜਾਣਾ ਬੜੀ ਮੰਦਭਾਗੀ ਗੱਲ ਆ। ਇਹ ਸਾਡੇ ਇੱਕ ਐਸਪਾਇਰਿੰਗ ਬਡਿੰਗ ਬਹੁਤ ਇੱਕ ਹੋਣਹਾਰ ਜਿਹਨੂੰ ਕਹਿੰਦੇ ਆ ਕਿ ਰੈਸਲਰ ਬਣਨ ਜਾ ਰਹੇ ਨੇ ਪੰਜਾਬ ਦੇ, ਠੀਕ ਹੈ ਇੱਕ ਜਗ੍ਹਾ ਦੇ ਉੱਤੇ ਰੁਕਾਵਟ ਆਈ ਹੈ ਪਰ ਸਾਡੀ ਪੁਰਜ਼ੋਰ ਕੋਸ਼ਿਸ਼ ਹੈ ਕਿ ਇਹ ਰੁਕਾਵਟ ਗਵਰਨਮੈਂਟ ਆਫ ਇੰਡੀਆ, ਗਵਰਨਮੈਂਟ ਆਫ ਪੰਜਾਬ ਇਹਦੇ 'ਚ ਮੁਦਾਖਲਤ ਕਰਨ ਤਾਂ ਕਿ ਜਿਹੜੇ ਪਲੇਅਰਸ ਨੇ ਪੰਜਾਬ ਦੇ ਜਾਂ ਸਿੱਖ ਜਿਹੜੇ ਨੇ ਉਹ ਆਪਣੀ ਰਹਿਤ ਮਰਿਆਦਾ ਦੇ ਅਨੁਸਾਰ ਵੀ ਰਹਿ ਕੇ ਆਪਣੇ ਧਾਰਮਿਕ ਜਜ਼ਬਾਤਾਂ ਨੂੰ ਕਾਇਮ ਰੱਖ ਕੇ ਕੁਸ਼ਤੀ ਕਰ ਸਕਣ। ਬਸ ਇੰਨੀ ਹਮਦਰਦੀ ਕਰਨ ਅਸੀਂ ਆਏ ਹਾਂ ਅਤੇ ਮੈਂ ਗਵਰਨਮੈਂਟ ਆਫ ਪੰਜਾਬ ਨੂੰ ਔਰ ਗਵਰਨਮੈਂਟ ਆਫ ਇੰਡੀਆ ਨੂੰ ਅਪੀਲ ਕਰਦਾ ਵਾਂ ਕਿ ਇਨ ਫਿਊਚਰ ਸਾਡੇ ਪਲੇਅਰਸ ਦੇ ਨਾਲ ਇਸ ਤਰ੍ਹਾਂ ਨਾ ਹੋਵੇ ਅਤੇ ਖੇਡ ਸਕਣ, ਕੁਸ਼ਤੀ ਕਰ ਸਕਣ, ਪੰਜਾਬ ਦਾ ਅਤੇ ਭਾਰਤ ਦਾ ਨਾਮ ਰੋਸ਼ਨ ਕਰ ਸਕਣ। ਇਸ ਮਕਸਦ ਨਾਲ ਅਸੀਂ ਸਰਦਾਰ ਸੁਰਿੰਦਰ ਸਿੰਘ ਜੀ ਜਿਹੜੇ ਕਿ ਆਪ ਪੰਜਾਬ ਕੇਸਰੀ ਰਹੇ ਨੇ ਔਰ ਬੜਾ ਅੱਛਾ ਪਰਿਵਾਰ ਆ ਅਤੇ ਇਹਨਾਂ ਨੇ ਆਪਣਾ ਨਾਮ ਰੋਸ਼ਨ ਕੀਤਾ ਵਾ, ਅੱਜ ਜਿੱਥੇ ਸਾਰੇ ਬੱਚਿਆਂ ਦੇ ਉੱਤੇ ਨਸ਼ਿਆਂ ਦਾ ਬੋਲਬਾਲਾ ਸੁਣਦੇ ਆ, ਇੱਧਰ ਜਸ ਕਮਰ ਵਰਗੇ ਵੀ ਅੱਛੇ ਬੱਚੇ ਨੇ ਜਿਹੜੇ ਆਣ ਕੇ ਆਪਣੇ ਦੇਸ਼ ਤੇ ਪੰਜਾਬ ਦਾ ਨਾਮ ਰੋਸ਼ਨ ਕਰਦੇ। ਤਰਨ ਤਾਰਨ ਤੋਂ ਕੁਲਦੀਪ ਸਿੰਘ, ਖਬਰ ਹਰਪਲ, ਇੰਡੀਆ ਲਈ।